ਦਿੱਲੀ ਦੇ ਵਿੱਚ ਅੰਡਰਪਾਸ ਨੇ ਭਿਆਨਕ ਰੂਪ ਧਾਰ ਲਿਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਵਾਹਨ ਨੇ ਜਿਹੜੇ ਪਾਣੀ ਦੇ ਵਿੱਚ ਰੁੜਦੇ ਜਾ ਰਹੇ ਨੇ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੰਪ ਦੇ ਜ਼ਰੀਏ ਪਾਣੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਪਾਣੀ ਸੜਕਾਂ 'ਤੇ ਨੱਕੋ ਨੱਕ ਭਰ ਗਿਆ। ਪੂਰਾ ਅੰਡਰ ਪਾਸ ਆ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ, ਕਈ ਵਾਹਨ ਇੱਥੇ ਫਸੇ ਹੋਏ ਨੇ। ਲੋਕਾਂ ਦੇ ਵੱਲੋਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ, ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਅੰਡਰਪਾਸ ਦੇ ਵਿੱਚ ਲੋਕ ਕਸੂਤੇ ਫਸੇ ਹੋਏ ਨੇ, ਕਈ ਕਿਲੋਮੀਟਰ ਤੱਕ ਲੰਮਾ ਜਾਮ ਵੀ ਲੱਗਿਆ ਹੋਇਆ। ਦਿੱਲੀ ਦੇ ਵਿੱਚ ਇਹ ਭਿਆਨਕ ਹਾਲਾਤ ਬਣੇ ਨੇ। ਮੈਟਰੋ ਬ੍ਰਿਜ ਅੰਡਰਪਾਸ ਦੇ ਵਿੱਚ ਬਹੁਤ ਸਾਰੇ ਵਾਹਨ ਕਸੂਤੇ ਫਸ ਗਏ। ਹਾਲਾਂਕਿ ਪੰਪ ਦੇ ਦੁਆਰਾ ਪਾਣੀ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਫਿਰ ਵੀ ਸੜਕਾਂ ਪਾਣੀ ਦੇ ਨਾਲ ਪੂਰੀਆਂ ਕਵਰ ਹੋ ਚੁੱਕੀਆਂ ਨੇ। ਭਾਰੀ ਮੀਂਹ ਨੇ ਇੱਥੇ ਤਰਥੱਲੀ ਮਚਾ ਦਿੱਤੀ। ਆਏ ਸਾਲ ਮੀਂਹ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ ਹੈ। ਉੱਤਰ ਪੱਛਮੀ ਇਲਾਕੇ ਦੇ ਵਿੱਚ ਹਾਲਾਤ ਵਸ ਤੋਂ ਬਾਹਰ ਹੋਏ ਨੇ। ਅੰਡਰਪਾਸ ਨੇ ਜਿਹੜੇ ਦਿੱਲੀ ਦੇ, ਉਹ ਨੱਕੋ ਨੱਕ ਪਾਣੀ ਦੇ ਨਾਲ ਭਰ ਗਏ ਨੇ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਿੱਲੀ ਦੇ ਵਿੱਚ ਅੰਡਰਪਾਸ ਨੇ ਭਿਆਨਕ ਰੂਪ ਧਾਰ ਲਿਆ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਕਿਸ ਤਰੀਕੇ ਦੇ ਨਾਲ ਵਾਹਨ ਨੇ ਜਿਹੜੇ ਪਾਣੀ ਦੇ ਵਿੱਚ ਰੁੜਦੇ ਜਾ ਰਹੇ ਨੇ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੰਪ ਦੇ ਜ਼ਰੀਏ ਪਾਣੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਪਾਣੀ ਸੜਕਾਂ 'ਤੇ ਨੱਕੋ ਨੱਕ ਭਰ ਗਿਆ। ਪੂਰਾ ਅੰਡਰ ਪਾਸ ਆ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ, ਕਈ ਵਾਹਨ ਇੱਥੇ ਫਸੇ ਹੋਏ ਨੇ। ਲੋਕਾਂ ਦੇ ਵੱਲੋਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ, ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਅੰਡਰਪਾਸ ਦੇ ਵਿੱਚ ਲੋਕ ਕਸੂਤੇ ਫਸੇ ਹੋਏ ਨੇ, ਕਈ ਕਿਲੋਮੀਟਰ ਤੱਕ ਲੰਮਾ ਜਾਮ ਵੀ ਲੱਗਿਆ ਹੋਇਆ। ਦਿੱਲੀ ਦੇ ਵਿੱਚ ਇਹ ਭਿਆਨਕ ਹਾਲਾਤ ਬਣੇ ਨੇ। ਮੈਟਰੋ ਬ੍ਰਿਜ ਅੰਡਰਪਾਸ ਦੇ ਵਿੱਚ ਬਹੁਤ ਸਾਰੇ ਵਾਹਨ ਕਸੂਤੇ ਫਸ ਗਏ। ਹਾਲਾਂਕਿ ਪੰਪ ਦੇ ਦੁਆਰਾ ਪਾਣੀ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਫਿਰ ਵੀ ਸੜਕਾਂ ਪਾਣੀ ਦੇ ਨਾਲ ਪੂਰੀਆਂ ਕਵਰ ਹੋ ਚੁੱਕੀਆਂ ਨੇ। ਭਾਰੀ ਮੀਂਹ ਨੇ ਇੱਥੇ ਤਰਥੱਲੀ ਮਚਾ ਦਿੱਤੀ। ਆਏ ਸਾਲ ਮੀਂਹ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ ਹੈ। ਉੱਤਰ ਪੱਛਮੀ ਇਲਾਕੇ ਦੇ ਵਿੱਚ ਹਾਲਾਤ ਵਸ ਤੋਂ ਬਾਹਰ ਹੋਏ ਨੇ। ਅੰਡਰਪਾਸ ਨੇ ਜਿਹੜੇ ਦਿੱਲੀ ਦੇ, ਉਹ ਨੱਕੋ ਨੱਕ ਪਾਣੀ ਦੇ ਨਾਲ ਭਰ ਗਏ ਨੇ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਿੱਲੀ ਦੇ ਵਿੱਚ ਅੰਡਰਪਾਸ ਨੇ ਭਿਆਨਕ ਰੂਪ ਧਾਰ ਲਿਆ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਕਿਸ ਤਰੀਕੇ ਦੇ ਨਾਲ ਵਾਹਨ ਨੇ ਜਿਹੜੇ ਪਾਣੀ ਦੇ ਵਿੱਚ ਰੁੜਦੇ ਜਾ ਰਹੇ ਨੇ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੰਪ ਦੇ ਜ਼ਰੀਏ ਪਾਣੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਪਾਣੀ ਸੜਕਾਂ 'ਤੇ ਨੱਕੋ ਨੱਕ ਭਰ ਗਿਆ। ਪੂਰਾ ਅੰਡਰ ਪਾਸ ਆ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ, ਕਈ ਵਾਹਨ ਇੱਥੇ ਫਸੇ ਹੋਏ ਨੇ। ਲੋਕਾਂ ਦੇ ਵੱਲੋਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ, ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ। ਕਿਸੇ ਵੇਲੇ ਵੀ ਇੱਥੇ ਵੱਡਾ ਹਾਦਸਾ ਹੋ ਸਕਦਾ। ਅੰਡਰਪਾਸ ਦੇ ਵਿੱਚ ਲੋਕ ਕਸੂਤੇ ਫਸੇ ਹੋਏ ਨੇ, ਕਈ ਕਿਲੋਮੀਟਰ ਤੱਕ ਲੰਮਾ ਜਾਮ ਵੀ ਲੱਗਿਆ ਹੋਇਆ। ਦਿੱਲੀ ਦੇ ਵਿੱਚ ਇਹ ਭਿਆਨਕ ਹਾਲਾਤ ਬਣੇ ਨੇ। ਮੈਟਰੋ ਬ੍ਰਿਜ ਅੰਡਰਪਾਸ ਦੇ ਵਿੱਚ ਬਹੁਤ ਸਾਰੇ ਵਾਹਨ ਕਸੂਤੇ ਫਸ ਗਏ। ਹਾਲਾਂਕਿ ਪੰਪ ਦੇ ਦੁਆਰਾ ਪਾਣੀ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ, ਪਰ ਫਿਰ ਵੀ ਸੜਕਾਂ ਪਾਣੀ ਦੇ ਨਾਲ ਪੂਰੀਆਂ ਕਵਰ ਹੋ ਚੁੱਕੀਆਂ ਨੇ।
ਭਾਰੀ ਮੀਂਹ ਨੇ ਇੱਥੇ ਤਰਥੱਲੀ ਮਚਾ ਦਿੱਤੀ। ਆਏ ਸਾਲ ਮੀਂਹ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ ਹੈ। ਉੱਤਰ ਪੱਛਮੀ ਇਲਾਕੇ ਦੇ ਵਿੱਚ ਹਾਲਾਤ ਵਸ ਤੋਂ ਬਾਹਰ ਹੋਏ ਨੇ। ਅੰਡਰਪਾਸ ਨੇ ਜਿਹੜੇ ਦਿੱਲੀ ਦੇ, ਉਹ ਨੱਕੋ ਨੱਕ ਪਾਣੀ ਦੇ ਨਾਲ ਭਰ ਗਏ ਨੇ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ।